मतलब कि दड़बा मुक्तसर तरन तारण राजेआणा डगरू वाला भोतना फाजिलका राजपुरा बुलाडा मानसा संगरूर जलालाबाद नवांशहर बरनाला पठानकोट ते हुशियारपुर बरेटा कातरों टांडा मानसा जगराओं मुक्तसर तरन तारण भवानीगढ़ कोट जिहड़े बड़ी लंबी आ लिस्ट खन्ना मलेरकोटला जगेड़ा पठानकोट लड्डा कोठी मुक्तसर लहरा गागा पटियाला सरूर अंबरसर अबोर लैंस ते संघेड़ा महलकलां मलेरकोटला लुधियाना बहुत लंबी चौड़ी लैन है। तो ये सारे इतने इन्होंने थावे जो मैं नाम बोले इन्होंने थावान से टोल ने किसी थान टोल बंद है किसी थान इन्होंने पंप बंद ने किसी थान जहाँ मार्केटा ने यह बंद है। वधिया गल है कि बहुत जिहड़ी लहर जिहड़ी नौजवान नाल जुड़ रहे ने किसान जथेबंदियां ने गाउण वाले कलाकार ने जां होर वख वख खेतरां दे जिहड़े इंसान आ उह वड्डी पद्धर दे उत्ते इस लहर दा हिस्सा बन रहे ने संघर्ष दा हिस्सा बन रहे ने। बठिंडे च बैठे हैं पंज दिनां तों लगातार शहर दे जिहड़े भरा ने साडे उह भी आ रहे ने कोई लंगर लै के आउंदा चाह लै के आउंदा कोई सेबां दी पेटी फड़ा जांदा ਤਾਂ ਇਸ ਕਰਕੇ ਚੰਗੀ ਗੱਲ ਹੋ ਰਹੀ ਹੈ ਕਿ ਲੋਕ ਆਪ ਮੁਹਾਰੇ ਜੁੜਨਾ ਲੋਕਾਂ ਨੇ ਸ਼ੁਰੂ ਕੀਤਾ। ਹੁਣ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਇੱਕ ਤਾਂ ਮੇਰਾ ਵੀਰ ਕੱਲ੍ਹ ਨੂੰ ਧਿਆਨ ਦਿਓ ਮਾੜਾ ਜਿਹਾ, ਕੱਲ੍ਹ ਨੂੰ ਸਰਸੇ ਜਿਹੜਾ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਹੈ ਉਹਦੇ ਸਾਹਮਣੇ ਸਰਸੇ ਵੱਡਾ ਇਕੱਠ ਜਿਹੜਾ ਸਰਸੇ ਵਾਲੇ ਹਰਿਆਣੇ ਵਾਲਿਆਂ ਨੇ ਰੱਖਿਆ। ਮੈਂ ਜਿਹੜੇ ਨਾਲ ਨਾਲ ਆਪਣੇ ਪਿੰਡ ਲੱਗਦੇ ਨੇ ਸਰਸੇ ਦੇ ਨਾਲ ਨਾਲ ਆਪਣੇ ਹੱਦ ਦੇ ਨਾਲ ਨਾਲ ਲੱਗਦੇ ਆ ਪੰਜਾਬ ਵਾਲੇ ਪਿੰਡ, ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵੱਧ ਤੋਂ ਵੱਧ ਪਹੁੰਚੋ। ਅਤੇ ਜਿਹੜੇ ਮੈਂ ਸਰਸੇ ਦੇ ਆਪਣੇ ਸਰਸਾ ਜਿਹੜਾ ਆ ਗਿਆ ਜਾਂ ਹੋਰ ਨਾਲ ਨਾਲ ਹੋਰ ਜਿਹੜੇ ਆਲੇ ਦੁਆਲੇ ਪਿੰਡ ਆ ਗਏ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਕਰੋ, ਕਿਉਂਕਿ ਇਹ ਪੰਜਾਬ ਹਰਿਆਣਾ ਦੋਨੇ ਇਕੱਠੇ ਹੋ ਕੇ ਜੇ ਆਪਾਂ ਲੜਾਂਗੇ ਤਾਂ ਸੰਘਰਸ਼ ਬਹੁਤ ਕਾਮਯਾਬ ਹੋ ਸਕਦਾ। ਦੂਜੀ ਗੱਲ ਆਪਣੀ ਹੈਗੀ ਹੈਗੀ ਕੱਲ੍ਹ ਨੂੰ ਜਿਹੜੀ ਰਾਮੇ ਰਫਾਇਨਰੀ ਆਪਣੇ ਬਠਿੰਡੇ ਵਾਲੀ ਕਣਕਵਾਲ ਵਾਲੀ ਉਹਨੂੰ ਜਿਹੜਾ ਇਹ ਉੱਥੋਂ ਕਈ ਜਥੇਬੰਦੀਆਂ ਨੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਕੱਲ੍ਹ ਨੂੰ ਜਿਹੜੀ ਰੇਲਵੇ ਲਾਈਨ ਆ ਉੱਥੋਂ ਆਉਂਦੀ ਆ ਰਿਫਾਇਨਰੀ ਦੇ ਵਿੱਚ ਦੀ, ਅਤੇ ਉਹ ਜਿਹੜੀਆਂ ਗੱਡੀਆਂ ਨੇ ਉੱਥੋਂ ਭਰ ਭਰ ਉਹ ਸਰਸੇ ਬੀਜ ਦੀ ਉੱਧਰ ਹਰਿਆਣੇ ਬੀਜ ਦੀ ਕੱਢੀ ਜਾ ਰਹੇ ਨੇ, ਤਾਂ ਉਹ ਉਹਨਾਂ ਨੇ ਕੱਲ੍ਹ ਨੂੰ ਉਹਦਾ ਘਰਾਓ ਕਰਨ ਦਾ ਰੱਖਿਆ ਹੈਗਾ। ਅਤੇ ਮੈਂ ਉੱਥੇ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਉੱਥੇ ਵੱਧ ਜ਼ਰੂਰਤ ਆ, ਵੱਡੀ ਗਿਣਤੀ ਦੀ ਲੋੜ ਆ ਉੱਥੇ, ਤਾਂ ਸਾਰਾ ਮੇਰਾ ਵੀਰ ਉੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਨੀ ਆ, ਤਾਂ ਕਿ ਉਹਨੂੰ ਮੁਕੰਮਲ ਤੌਰ 'ਤੇ ਜਦੋਂ ਆਪਾਂ ਰਿਫਾਇਨਰੀ ਨੂੰ ਰੋਕਦੇ ਹਾਂ ਤਾਂ ਉਹ ਵੀ ਰੋਜ਼ ਦਾ ਉੱਥੇ ਕਰੋੜਾਂ ਅਰਬਾਂ ਰੁਪਈਆਂ ਦਾ ਕਾਰੋਬਾਰ ਹੁੰਦਾ, ਉਹਦੇ ਨੂੰ ਵੀ ਤੁਸੀਂ ਉੱਥੇ ਵੀ ਆਪਾਂ ਨੂੰ ਰੋਕ ਕੇ ਉੱਥੇ ਬਹੁਤ ਵੱਡੀ ਸੱਟ ਆਪਾਂ ਇਹਨਾਂ ਘਰਾਣਿਆਂ ਦੇ ਉੱਤੇ ਮਾਰ ਸਕਦੇ ਹਾਂ। ਅਤੇ ਇੱਕ ਹੋਰ ਸੱਚ ਗੱਲ, ਹਾਂ ਸਾਡੇ ਕੋਲ ਆਏ ਬੈਠੇ ਨੇ ਬਾਈ ਉਸ ਉਹਨਾਂ ਏਰੀਏ ਦੇ ਉਸ ਪਿੰਡਾਂ ਦੇ ਨੇ ਕਣਕਵਾਲ ਦੇ ਨੇ ਉਸ ਰਾਮੇ ਏਰੀਏ ਦੇ, ਤਾਂ ਉੱਥੇ ਕੁਛ ਗੱਲਾਂ ਸਾਹਮਣੇ ਇਹ ਆਈਆਂ ਕਿ ਯਾਰ ਮੇਰਾ ਵੀਰ ਮੈਂ ਉਹਨਾਂ ਬੇਨਤੀ ਕਰਦਾ ਵੀ ਜਿਹੜੇ ਵੀ ਭਰਾ ਉੱਥੇ ਸੰਘਰਸ਼ ਕਰਨਗੇ ਜਾਂ ਅਗਵਾਈ ਕਰਨਗੇ ਕੁਛ ਬੰਦੇ ਉੱਥੇ ਚੰਦ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਅੱਗੇ ਪਿਛਲੇ ਜਿਹੜੇ ਸੰਘਰਸ਼ ਹੋਏ ਸੀਗੇ ਉਸ ਏਰੀਏ ਦੇ ਵਿੱਚ ਇਸ ਰਾਮਾ ਰਫਾਇਨਰੀ ਨੂੰ ਲੈ ਕੇ, ਤਾਂ ਉਹਨਾਂ ਨੇ ਕਈ ਵਾਰੀ ਉਹ ਸੰਘਰਸ਼ ਅੱਗੇ ਵੇਚੇ ਨੇ, ਉਸ ਪੰਜ ਚਾਰ ਬੰਦੇ ਉਹ ਹੈਗੇ ਆ, ਉਹਨਾਂ ਤੋਂ ਖਾਸ ਖਿਆਲ ਰੱਖਿਓ, ਉਹਨਾਂ ਦੀ ਗੌਰ ਰੱਖਿਓ, ਕਿਤੇ ਇਹ ਨਾ ਹੋਵੇ ਅੱਗੇ ਲਾ ਕੇ ਮੇਰਾ ਵੀਰ ਉਹ ਸੰਘਰਸ਼ ਨੂੰ ਥੋੜ੍ਹਾ ਫਿਰ ਵੇਚ ਜਾਣ। ਤਾਂ ਉੱਥੇ ਜਿਹੜਾ ਐਂ ਨਾ ਆਪਾਂ ਕਈ ਵਾਰੀ ਦੇ ਲੈਂਦੇ ਵੀ ਯਾਰ ਇਹ ਜ਼ਿੰਮੇਵਾਰ ਜਿਹਾ ਬੰਦਾ ਯਾਰ ਇਹ ਤੁਰਿਆ ਜਾਂ ਫਿਰਦਾ, ਸਾਰਾ ਸੰਘਰਸ਼ ਅਗਲੇ ਦੇ ਹੱਥ 'ਚ ਦੇ ਦਿੰਦੇ ਹੁੰਦੇ ਹਾਂ।
ਤਾਂ ਮੇਰਾ ਵੀਰ ਉਹ ਖਿਆਲ ਰੱਖਿਓ, ਕਦੇ ਉਹ ਨਾ ਗਲਤੀ ਕਰ ਦਿਓ, ਉਹਨਾਂ ਬੰਦਿਆਂ ਦੇ ਹੱਥ 'ਚ ਨਾ ਦੇ ਦਿਓ ਸੰਘਰਸ਼ ਜਿਹੜਾ। ਅਤੇ ਇੱਕ ਗੱਲ ਹੋਰ ਖਿਆਲ ਰੱਖਿਓ, ਜਿਹੜਾ ਹੁਣ ਆਪਣਾ ਮੈਂ ਇੱਕ ਗੱਲ ਹੱਥ ਹਾਂ ਜਿਹੜੀ ਕਹਿਣੀ ਚਾਹੁੰਦਾ ਗਾ ਮੀਡੀਏ ਨੂੰ, ਪੰਜਾਬ ਦੇ ਨੂੰ, ਕਿ ਨੈਸ਼ਨਲ ਮੀਡੀਆ ਅਸੀਂ ਜਾਣਦੇ ਹਾਂ, ਸਾਰੇ ਜਾਣਦੇ ਹਾਂ ਆਪਾਂ ਕਿ ਯਾਰ ਇਹ ਗੋਦੀ ਮੀਡੀਆ ਹੈਗਾ, ਇਹ ਉਹਨਾਂ ਦੀ ਗੱਲ ਕਰਦਾ, ਸਾਡੀ ਕੋਈ ਵੀ ਗੱਲਬਾਤ ਨਹੀਂ ਕਰ ਰਿਹਾ, ਸਾਡਾ ਜੋ ਅੰਦੋਲਨ ਭਖਿਆ ਹੋਇਆ ਪੰਜਾਬ ਹਰਿਆਣੇ 'ਚ ਉਹਨੂੰ ਹੀ ਦਿਖਾ ਰਿਹਾ। ਤਾਂ ਪਰ ਸਾਡਾ ਪੰਜਾਬ ਦਾ ਮੀਡੀਆ ਵੀ ਕੁਛ ਇਹੋ ਜਿਹਾ ਹੈਗਾ ਜਿਹੜਾ ਇਹੋ ਜਿਹੀਆਂ ਗੱਲਾਂ, ਗੱਲ ਕੁਛ ਹੋਰ ਹੁੰਦੀ ਆ, ਉਹ 'ਤੇ ਸੁਰਖੀ ਪਤਾ ਨਹੀਂ ਕੀ ਲਾ ਦਿੰਦੇ ਨੇ ਕਿ ਦੇਖੋ ਜੀ ਇਹ ਅੰਦੋਲਨ ਵਾਲੇ ਪਾਰਟ ਗਏ ਜੀ, ਇਹਨਾਂ ਦੀ ਆਪਸ ਮੈਂ ਜੀ ਅੱਡੋ ਅੱਡੀ ਹੋ ਗਏ ਜੀ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਰਾਵੋ ਵੀ ਸਾਡਾ ਸਾਥ ਦਿਓ, ਇਹ ਸੋਡਾ ਵੀ ਉੱਡਾ ਹੀ ਮਤਲਬ ਕਿ ਸੰਘਰਸ਼ ਹੈਗਾ ਜਿੱਡਾ ਪੰਜਾਬ ਦੇ ਲੋਕਾਂ ਦਾ ਸੰਘਰਸ਼ ਆ। ਅਤੇ ਮੈਂ ਬਠਿੰਡੇ ਸ਼ਹਿਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੱਦੇ ਦੀ ਆਹ ਬੰਦ ਹੋਈ ਆ ਰਿਲਾਇੰਸ ਵਾਲੀ, 50-60 ਲੱਖ ਰੁਪਏ ਦੀ ਇੱਕ ਦਿਨ ਦੀ ਸੇਲ ਸੀ, ਆਪਣੇ ਸਾਰੇ ਬਾਜ਼ਾਰਾਂ 'ਚ ਰੌਣਕ ਪਰਤਿਆ ਜੀ ਬਠਿੰਡੇ ਵਾਲਿਓ। ਉਹਨਾਂ ਦੁਕਾਨਦਾਰਾਂ ਨੂੰ ਕਹਿਣਾ ਚਾਹੁੰਦਾ, ਸਾਨੂੰ 5ਵਾਂ ਦਿਨ ਹੋ ਗਿਆ ਇੱਥੇ ਬੈਠਿਆਂ ਨੂੰ, ਅਤੇ ਉਹ ਦੁਕਾਨਦਾਰ ਹਾਲੇ ਨਿਕਲ ਕੇ ਨਹੀਂ ਆਏ। ਕਹਿੰਦੇ ਹੈਗੇ ਇੱਕ ਦੋ ਆ ਕੇ ਕਿ ਬਾਈ ਬਹੁਤ ਰੌਣਕ ਆ ਗਈ, ਹੁਣ ਸਾਡੀ ਸੇਲ ਵੀ ਵੱਧ ਗਈ ਦੁਕਾਨਾਂ 'ਤੇ, ਕਿਉਂਕਿ ਇੱਥੇ 4-4-5-5 ਹਜ਼ਾਰ ਬੰਦਾ ਇੱਕ ਦਿਨ ਦਾ ਆਉਂਦਾ ਸੀ, ਸਾਰਾ ਉਹਨਾਂ ਦੁਕਾਨਾਂ 'ਤੇ ਜਾਣ ਲੱਗ ਗਿਆ। ਉਹ ਵੀ ਮੇਰਾ ਵੀਰ ਉੱਠ ਕੇ ਬਾਹਰ ਨਿਕਲ ਕੇ ਆਓ ਯਾਰ, ਤਾਂ ਕਿ ਆਪਾਂ ਜਿਹੜਾ ਇਹ ਨਾ ਲੱਗੇ ਕਿ ਨਹੀਂ ਯਾਰ ਇਹ ਇਕੱਲੇ ਕਿਸਾਨਾਂ ਦਾ, ਇਹ ਮਜ਼ਦੂਰਾਂ ਦਾ, ਇਹ ਸੰਘਰਸ਼ ਲੱਗੇ ਕਿ ਸਾਰਿਆਂ ਦਾ ਹੀ ਸੰਘਰਸ਼ ਆ। ਇਹ ਕਿਸਾਨ ਵੀ ਨੇ, ਮਜ਼ਦੂਰ ਵੀ ਨੇ, ਦੁਕਾਨਦਾਰ ਵੀ ਨੇ, ਰੇਹੜੀਆਂ ਵਾਲੇ ਵੀ ਨੇ। ਰੇਹੜੀਆਂ ਵਾਲਿਆਂ ਦੇ ਖਿਲਾਫ਼ ਵੀ ਇਹਨਾਂ ਨੇ ਕਾਨੂੰਨ ਬਣਾ ਲਿਆ, ਪਿਛਲੇ ਸਾਲ ਕਾਨੂੰਨ ਲੈ ਕੇ ਆਏ ਆ ਕਿ ਰੇਹੜੀਆਂ ਵਾਲੇ ਜਿਹੜੇ ਆਪਣਾ ਕੁਛ ਵੇਚਣਾ ਕਰਨਾ ਇੱਕ ਥਾਂ ਖੜ ਕੇ ਵੇਚਿਆ ਕਰਨਗੇ। ਮੰਨ ਲਓ ਇਹਨਾਂ ਨੂੰ ਕਹਿਤਾ ਵੀ ਤੁਸੀਂ ਭਾਈ ਸਟੇਸ਼ਨ 'ਤੇ ਖੜ੍ਹ ਜਾਓ ਜਾਂ ਗੋਲਡਕੀ ਕੋਲ ਖੜ੍ਹ ਜਾਓ ਜਾਂ ਕਿਸੇ ਬੱਸ ਅੱਡੇ ਕੋਲ, ਇੱਥੇ ਤੁਹਾਨੂੰ ਥਾਂ ਤੁਰ ਫਿਰ ਕੇ ਨਹੀਂ ਸਮਾਨ ਵੇਚ ਸਕਦੇ। ਤਾਂ ਉਹਦਾ ਪਤਾ ਕੀ ਕਰਦੇ ਆ ਇਹ, ਉਹਦਾ ਇਹ ਹੋਣਾ ਹੁਣ ਆਪਾਂ ਰੇਹੜੀ ਵਾਲਾ ਤੁਰਿਆ ਫਿਰਦਾ ਹੁੰਦਾ ਘਰੋਂ, ਆਪਣੀਆਂ ਬੁੜੀਆਂ ਕੋਈ ਸਬਜ਼ੀ ਲੈਣੀ ਆ, ਕੋਈ ਫਰੂਟ ਲੈਣਾ, ਫਲ ਲੈਣਾ, ਉੱਥੋਂ ਲੈ ਲੈਂਦੀਆਂ ਨੇ। ਹੁਣ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਇੱਥੋਂ ਚੱਲ ਕੇ ਸਟੇਸ਼ਨ ਕੋਲ ਜਾਣਾ, ਗੋਲਡਕੀ ਕੋਲ ਜਾਣਾ, ਆਪਾਂ ਜਾਣਾ ਗਾ ਬੱਸ ਅੱਡੇ ਕੋਲ, ਤਾਂ ਨਾ ਆਪਾਂ ਨੇੜੇ ਰਹਿੰਦੇ ਹੋਵਾਂਗੇ ਇਹੋ ਜਿਹੀਆਂ ਮਾਰਕੀਟਾਂ ਦੇ। ਜਾਂ ਇਹਨਾਂ ਨੇ ਐਮਾਜ਼ੋਨ ਵਾਂਗੂ ਔਨਲਾਈਨ ਸਪਲਾਈ ਸ਼ੁਰੂ ਕਰਤੀ, ਜੀਓ ਮਾਰਟ ਚੱਲ ਪਿਆ ਇਹਨਾਂ ਦਾ, ਘਰੋਂ ਘਰੀ ਇਹ ਸਮਾਨ ਸਾਨੂੰ ਪਹੁੰਚਾਇਆ ਕਰਨਗੇ। ਇਹਨਾਂ ਨੇ ਸਾਡੇ ਚੁੱਲ੍ਹਿਆਂ ਤੱਕ, ਸਾਡੇ ਪੈਣ ਸੌਣ ਵਾਲੇ ਕਮਰਿਆਂ ਤੱਕ, ਸਾਡੇ ਨਹਾਉਣ ਵਾਲਿਆਂ ਤੱਕ ਇਹਨਾਂ ਨੇ ਕਬਜ਼ਾ ਕਰ ਲਿਆ। ਇਹ ਹੁਣ ਅਸੀਂ ਸੋਚਣਾ। ਆਪਣੀ ਇੱਕ ਹੋਰ ਗੱਲ ਸੁਣ ਲਓ, ਆਪਣੇ ਬਠਿੰਡੇ ਹੁਣ ਇਹ ਲੈਣ ਪਾਈ ਜਾਂਦੇ ਆ, ਗੈਸ ਪੈਪ ਪਾਈ ਜਾਂਦੇ ਆ, ਜਿਹਦੇ ਜਿਹਦਾ ਠੇਕਾ ਹੈਗਾ ਗੁਜਰਾਤ ਐਂਡ ਕੰਪਨੀ ਕੋਲ। ਕੀ ਕਹਿ ਰਹੇ ਆ ਪਤਾ, ਕਿ ਤੁਹਾਡਾ ਜੀ 2 ਮਹੀਨਿਆਂ ਦਾ 450 ਰੁਪਇਆ ਲਵਾਂਗੇ, 1600 ਰੁਪਇਆ 5600 ਰੁਪਇਆ ਸਕਿਉਰਿਟੀ, 1600 ਹੁਣ ਭਰਾਵਾਂਗੇ, ਬਾਕੀ ਤੁਸੀਂ ਹੌਲੀ ਹੌਲੀ 200 ਰੁਪਇਆ ਕਰਕੇ ਦੇ ਦਿਓ। ਉਹਦਾ ਮਕਸਦ ਪਤਾ ਕੀ ਹੈ, ਵੀ ਇੱਕ ਵਾਰੀ ਇਹਨਾਂ ਲੋਕਾਂ ਨੂੰ ਸਿਲੰਡਰ ਤੋਂ ਖਤਮ ਕਰ ਦਿਓ। ਜਦੋਂ ਇਹ ਲੋਕ ਸਾਡੇ ਜੋਗਰੇ ਰਹਿ ਕੇ ਸਿਲੰਡਰ ਖਤਮ ਹੋ ਗਏ, ਸਿਲੰਡਰ ਘਰਾਂ 'ਚੋਂ ਕੱਢਤੇ, ਸਿਲੰਡਰ ਵਾਲੀਆਂ ਏਜੰਸੀਆਂ ਬੰਦ ਹੋ ਗਈਆਂ, ਸਿਲੰਡਰ ਬਣਨੋਂ ਬੰਦ ਹੋ ਗਏ, ਤਾਂ ਮਥੇਨ ਗੈਸ ਵਰਤੀ ਜਾਂਦੀ ਆ ਉਹਦੇ ਵਿੱਚ, ਜਿਹੜੀ ਇਹ ਪਾ ਰਹੇ ਆ ਪੈਪ ਲਾਈਨ, ਬਹੁਤ ਖਤਰਨਾਕ ਗੈਸ ਆ ਉਹ। ਅਤੇ ਉਦੋਂ ਕਹਿਣਗੇ ਲਿਆ ਵੀ ਹੁਣ ਸਾਡਾ ਇੱਦਾਂ ਨਹੀਂ ਚੱਲਣਾ, ਅੱਜ ਤਾਂ 2000 ਲਵਾਂਗੇ। ਪਰ ਸ਼ਹਿਰ ਵਾਲਿਓ ਤੁਸੀਂ ਇਹ ਤਾਂ ਹੈ ਵੀ ਪਿੰਡ ਵਾਲਿਆਂ ਨੂੰ ਚੁੱਲ੍ਹਾ ਪੱਟ ਕੇ ਬਾਲਣ ਬਾਲ ਲਓਗੇ, ਤਾਂ ਫਿਰ ਤਾਂ ਇਹਨਾਂ ਨੂੰ ਵੀ ਤੁਸੀਂ 2000 ਮੰਗਣ ਦੇ, ਚਾਹੇ 4 ਮੰਗਣ। ਪਰ ਮੇਰਾ ਕਹਿਣ ਦਾ ਭਾਵ ਆ, ਇਹ ਰਿਲਾਇੰਸ ਆ, ਇਹ ਇਕੱਲਾ ਕਿਸੇ ਕਿਸਾਨ ਅਤੇ ਮਜ਼ਦੂਰ 'ਤੇ ਮਾਰ ਨਹੀਂ ਪਾ ਰਹੀ, ਇਹ ਹਰ ਵੱਡੇ ਛੋਟੇ ਸ਼ਹਿਰੀ 'ਤੇ, ਹਰ ਨਾਗਰਿਕ 'ਤੇ, ਹਰ ਮਜ਼ਦੂਰ 'ਤੇ, ਹਰ ਛੋਟੇ ਵਪਾਰੀ 'ਤੇ, ਹਰ ਰੇਹੜੀਆਂ ਵਾਲਿਆਂ 'ਤੇ, ਦੁਕਾਨਦਾਰਾਂ 'ਤੇ, ਹਰ ਇੱਕ 'ਤੇ ਅਸਰ ਕਰਨਾ ਨੇ। ਤਾਂ ਮੇਰਾ ਵੀਰ ਇਸ ਮੁਹਿੰਮ ਦਾ ਸਾਥ ਦਿਓ। ਜਿਵੇਂ ਉਹ GST ਲਾਈ, ਸਾਡੇ ਪਿੰਡ ਵਾਲੇ ਕਹਿੰਦੇ ਆਪਾਂ ਨੂੰ ਇਹਦਾ ਕੋਈ ਅਸਰ ਨਹੀਂ, ਇਹਦਾ ਦੁਕਾਨਦਾਰਾਂ 'ਤੇ ਅਸਰ ਹੈ, ਪਰ ਉਹਦਾ ਅਸਰ ਅੱਜ ਅਸੀਂ ਵੀ ਦੇਖ ਰਹੇ ਹਾਂ। ਹੁਣ ਇਹ ਪ੍ਰਚਾਰ ਦੇ ਪ੍ਰਾਪੇ ਗੰਡਾ ਵੀਰ, ਕਿਸਾਨੀ ਨਾਲ ਸੰਬੰਧਿਤ ਮਸਲਾ ਹੈ, ਅਤੇ ਇਹਦਾ ਆਪਾਂ ਨੂੰ ਲੋੜ ਨਹੀਂ ਹੈਗੀ, ਇਹ ਤਾਂ ਆਪਾਂ ਨੂੰ ਬੋਲਣ ਦੀ, ਆਪਾਂ ਕਿਸਾਨ ਬੋਲੀ ਜਾਂਦੇ ਆ, ਮਜ਼ਦੂਰ ਬੋਲੀ ਜਾਂਦੇ ਆ, ਨਹੀਂ, ਕਿਸਾਨੀ ਮਜ਼ਦੂਰੀ 'ਤੇ ਨਹੀਂ ਹਮਲਾ ਹੈਗਾ, ਇਹ ਸਾਰੇ ਪੰਜਾਬ 'ਤੇ ਹਮਲਾ। ਵਾਰ ਵਾਰ ਭਰਾ ਪੁੱਛਦੇ ਨੇ ਕਿ ਦੀਪ ਵਾਲੀ ਗੱਲ ਬਾਈ ਦੱਸੋ, ਦੀਪ ਵਾਲੀ ਗੱਲ ਦੱਸੋ, ਅਤੇ ਦੀਪ ਵਾਲੀ ਗੱਲ ਵੀਰ ਮੇਰੇ ਉਹੀ ਹੈ ਕਿ ਦੀਪ ਕੋਈ ਗੱਲ ਨਹੀਂ, ਆਪਣਾ ਭਰਾ ਹੈ, ਅਤੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਮੈਂ ਹਮੇਸ਼ਾ ਏਕੇ ਦਾ ਹਾਮੀ ਹੈ। ਅਸੀਂ ਜੇ ਕਿਸਾਨ ਜਥੇਬੰਦੀਆਂ ਨੂੰ ਹਾਂ ਕਹੀ ਸੀ 30 ਤਰੀਕ ਨੂੰ, ਤਾਂ ਮੈਨੂੰ ਲੱਗਦਾ ਕਿ ਸਾਨੂੰ 7 ਤਰੀਕ ਤੱਕ ਉਹਨਾਂ ਦਾ ਜਿਹੜਾ 1 ਤੋਂ ਲੈ ਕੇ 7 ਤੱਕ ਦਾ ਪ੍ਰੋਗਰਾਮ ਹੈ, ਉਹਨਾਂ ਦੇ ਨਾਲ ਹੀ ਖੜ੍ਹਨਾ ਚਾਹੀਦਾ। ਸੋ ਆਪਾਂ ਰਲ ਮਿਲ ਕੇ ਏਕੇ ਦਾ ਸਬੂਤ ਦਿੰਦੇ ਹੋਏ ਸਬਰ ਤੋਂ ਕੱਲ੍ਹ ਨੂੰ ਕੋਸ਼ਿਸ਼ ਕਰਿਓ, ਜੇ ਵੱਧ ਤੋਂ ਵੱਧ ਕਿਤੇ ਹੋਰ ਤੁਹਾਨੂੰ ਲੱਗਦਾ ਨਾ ਕਿਤੇ ਹੋਰ, ਜਿਵੇਂ ਅੱਜ ਅਸੀਂ ਰਿਲਾਇੰਸ ਮਾਰਕੀਟ ਮੁਕਤਸਰ ਵਾਲੀ ਮੁੰਡਿਆਂ ਨੂੰ ਕਿਹਾ, ਉਹਨਾਂ ਨੇ ਵਿਚਾਰਿਆਂ ਨੇ ਇਕੱਠੇ ਹੋ ਕੇ ਉਹ ਵੀ ਅੱਜ ਬੰਦ ਕਰਾਤੀ, ਜਾਂ ਅੱਜ ਸਾਦਕ ਵਾਲਾ ਜਿਹੜਾ ਪੰਪ ਸੀਗਾ ਰਿਲਾਇੰਸ ਦਾ ਉਹ ਵੀ ਬੰਦ ਕਰਾ ਲਿਆ। ਤਾਂ ਹੁਣ ਸਾਨੂੰ ਕਈ ਫੋਨ ਕਰਦੇ ਨੇ ਬਾਈ ਸਾਡੇ ਨਹੀਂ ਤਾਂ ਖੁੱਲ੍ਹਾ ਪਿਆ, ਪੰਪ ਵੀ ਚੱਲੀ ਜਾਂਦਾ ਬਾਈ,
ਜਾਂ ਬਾਈ ਸਾਡੇ ਨਹੀਂ ਟੋਲ ਚੱਲੀ ਜਾਂਦਾ ਤਾਂ ਤੁਸੀਂ ਤੁਸੀਂ ਆਪ ਆਪ ਵੀ ਹੰਬਲਾ ਮਾਰੋ ਯਾਰ, ਆਪ ਪਿੰਡਾਂ ਦੇ ਲੋਕਾਂ ਨੂੰ ਥੋੜ੍ਹਾ ਮੋਟਾ ਜਗਾਓ, ਇਕੱਠੇ ਕਰੋ। ਹੁਣ ਇਹ ਜਿਵੇਂ ਠੀਕਰੀ ਪਹਿਲਾਂ ਲੱਗਦਾ ਸੀ ਪਿੰਡਾਂ 'ਚ ਨਾ, ਕਿ ਠੀਕਰੀ ਪਹਿਲੇ ਲੱਗਦੇ, ਵਾਰੀ ਆਉਂਦੀ ਸੀ ਵੀ ਭਾਈ ਆਹ ਬੰਦਿਆਂ ਦੀ, ਹੁਣ ਵਾਰੀ ਆ ਗਈ ਦੂਜਿਆਂ, ਪਰ ਦੂਜੇ ਦਿਨ ਆਹ 15 ਬੰਦਿਆਂ ਦੀ ਵਾਰੀ ਆ। ਹੁਣ ਇਹ ਸੰਘਰਸ਼ ਦੇ ਵਿੱਚ ਅੱਗੇ ਝੋਨੇ ਵੱਢਣੇ ਸ਼ੁਰੂ ਹੋ ਗਏ, ਕਣਕ ਦੀ ਬਿਜਾਈ ਆਉਣੀ ਆ, ਇਹ ਲਗਾਤਾਰਤਾ ਬਣਾਈ ਰੱਖਣ ਦੇ ਲਈ ਪਿੰਡਾਂ ਦੇ ਵਿੱਚ ਮਹਿੰਮ ਤੋਰਨੀ ਪੈਣੀ ਭਾਈ। ਹਰ ਇੱਕ ਪਿੰਡ ਦੇ ਵਿੱਚੋਂ ਅੱਜ ਆਹ 20 ਬੰਦੇ, ਕੱਲ੍ਹ ਨੂੰ ਆਹ 20 ਬੰਦੇ, ਜਾਂ ਅੱਜ ਆਹ 40 ਬੰਦੇ ਵੱਡੇ ਛੋਟੇ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ ਐਂ ਧਰਨਿਆਂ ਵਜਾਰਾ ਜਾਇਆ ਕਰਨਗੇ। ਸੋ ਇਹ ਮੇਰਾ ਵੀਰ ਸਾਨੂੰ ਮਹਿੰਮ ਤੋਰਨੀ ਪੈਣੀ ਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਨੈੱਟ ਬੰਦ ਕਰ ਦਿੱਤਾ ਜਾਵੇ, ਸਾਨੂੰ ਜਿਹੜੇ ਸੁਨੇਹੇ ਨੇ ਉਹ ਆਪੋ ਆਪਣੇ ਫੋਨਾਂ ਫਾਨਾਂ 'ਚ ਨੰਬਰ ਨੰਬਰ ਸਾਡੇ ਹੋਣੇ ਚਾਹੀਦੇ ਨੇ, ਅਸੀਂ ਸੰਪਰਕ ਕਰਕੇ ਲੋਕਾਂ ਨੂੰ ਇਕੱਠੇ ਕਰ ਸਕੀਏ। ਹੁਣ ਤਾਂ ਆਪਾਂ ਆਹ ਚੱਲਦਾ ਆਪਾਂ ਜਿਹੜੇ ਅਸੀਂ ਸੁਨੇਹਾ ਦੇ ਦਿੰਦੇ ਹਾਂ ਲੋਕ ਇਕੱਠੇ ਹੋ ਜਾਂਦੇ ਆ, ਨਹੀਂ ਐਂ ਨਹੀਂ। ਫਿਰ ਅਸੀਂ ਨਿੱਜੀ ਤੌਰ 'ਤੇ ਵੀ ਸਾਡਾ ਜਿਹੜਾ ਇਸ ਤਰ੍ਹਾਂ ਦੀ ਚੇਨ ਬਣੀ ਹੋਣੀ ਚਾਹੀਦੀ ਹੈ ਕਿ ਇੱਕ ਦੂਜੇ ਤੋਂ ਤੀਜਾ ਸਾਰੇ ਨੰਬਰ ਨੰਬਰ ਸਾਡੇ ਕੋਲ ਹੁਣ, ਤਾਂ ਕਿ ਅਸੀਂ ਸਾਰਿਆਂ ਨੂੰ ਸੁਨੇਹਾ ਦੇ ਸਕੀਏ। ਕੋਈ ਹੋਰ ਗੱਲਬਾਤ ਬਾਈ ਉਹ ਰਹਿ ਗਈ ਹੋਈ ਮੇਰੇ ਕੋਲੋਂ? ਹਾਂ, ਇੱਕ ਉਹ ਕੱਲ੍ਹ ਵੀ ਕਿਹਾ ਸੀਗਾ, ਸੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇੱਕ ਆਪਾਂ ਹੈਸ਼ਟੈਗ ਚਲਾਇਆ ਹੋਇਆ ਸੇਵ ਫਾਰਮਰ ਕਿਸਾਨ ਬਚਾਓ, ਉਹ ਮੇਰਾ ਵੀਰ ਤੁਸੀਂ ਕੋਈ ਵੀ ਪੋਸਟ ਪਾਉਂਦੇ ਹੋ, ਕੋਈ ਵੀ ਵੀਡੀਓ ਪਾਉਂਦੇ ਆ, ਅਤੇ ਜਾਂ ਤੁਸੀਂ ਕੁਛ ਵੀ ਕਰਦੇ ਹੋ, ਜਾਣੇ ਮੰਨ ਲਓ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ, ਤਾਂ ਉਹ ਹੈਸ਼ਟੈਗ ਜਿਹੜਾ ਸੇਵ ਫਾਰਮਰ ਵਾਲਾ ਉਹ ਕਿਸਾਨ ਬਚਾਓ ਪੰਜਾਬੀ 'ਚ ਵੀ ਲਿਖੋ ਨਾਲ ਨਾਲ ਅੰਗਰੇਜ਼ੀ 'ਚ ਵੀ ਲਿਖੋ, ਤਾਂ ਕਿ ਟ੍ਰੈਂਡਿੰਗ ਦੇ ਵਿੱਚੋਂ ਖਬਰ ਆਵੇ ਅਤੇ ਇਹ ਜਿਹੜੀ ਸਾਡੀ ਖਬਰ ਹੈ ਇਹ ਇੰਟਰਨੈਸ਼ਨਲ ਲੈਵਲ ਤੱਕ ਜਾਵੇ। ਟਵਿੱਟਰ ਜਿਹੜੇ ਹੈਗੇ ਉਹ ਆਪਣੇ ਉਹਦੇ ਮਤਲਬ ਖਾਤੇ ਬਣਾ ਲਓ ਟਵਿੱਟਰ ਵਾਲੇ ਆਪਣੇ ਫੋਨਾਂ 'ਚ, ਟਵੀਟ ਟਵੂਟ ਵੀ ਵੱਧ ਤੋਂ ਵੱਧ ਕਰਿਆ ਕਰੋ, ਕਿਉਂਕਿ ਟਵੀਟ ਦੇ ਹਿਸਾਬ ਦੇ ਨਾਲ ਹੀ ਜਿਹੜੀ ਖਬਰ ਸਾਰਾ ਪੂਰੀ ਦੁਨੀਆ ਜਾਂਦੀ ਹੈ। ਬਾਹਰਲੇ ਮੁਲਕਾਂ ਦੇ ਵਿੱਚ ਮੈਂ ਗੱਲ ਕਹਿਣੀ ਚਾਹੁੰਦਾ, ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਸੱਜਣ ਸਾਡੇ ਹੈਗੇ ਆ ਵੱਖ ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ ਕਰ ਰਹੇ ਨੇ, ਉਹਨਾਂ ਦਾ ਭਰਾਵੋ ਬਾਹਰ ਲਿਓ, ਤੁਸੀਂ ਵੀ ਆਪਸ ਮੇਂ ਮਿਲ ਕੇ ਵੱਧ ਤੋਂ ਵੱਧ ਸਾਥ ਦਿਓ, ਭਾਰਤੀ ਅੰਬੈਸੀਆਂ ਮੂਹਰੇ ਵੱਧ ਤੋਂ ਵੱਧ ਰੋਸ ਪ੍ਰਦਰਸ਼ਨ ਕਰੋ, ਉੱਥੋਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਕੋਈ ਮੰਗ ਪੱਤਰ ਦੇਣਾ ਉਹ ਦਿਓ। ਉਹ UNO ਜਾਣ ਦੀ ਗੱਲ ਇੱਕ ਬਾਈਆਂ ਦੀ ਆ ਜਾਏ ਸੀਗੇ, ਇਟਲੀ ਵਾਲੇ ਕਹਿ ਰਹੇ ਕਿ ਬਾਈ ਇਸ ਮਸਲੇ ਨੂੰ ਲੈ ਕੇ UNO ਜਾ ਰਹੇ ਹਾਂ, ਜਿੱਥੇ ਕਿਤੇ ਅਸੀਂ ਵੀ ਜਿਵੇਂ ਵੀ ਕੋਈ ਚਾਰਾਜੋਈ ਕਰ ਸਕਦੇ ਹਾਂ ਵੱਧ ਤੋਂ ਵੱਧ ਮੇਰਾ ਵੀਰ ਕਰੋ। ਇੱਕ ਗੱਲ ਹੋਰ ਅਖੀਰ 'ਤੇ ਕਹਿਣਾ ਚਾਹੁੰਦਾ, ਵਾਰ ਵਾਰ ਮੈਂ ਕਿਉਂ ਗੱਲ ਕਹਿਣਾ, ਕਿਉਂ ਕਹਿਣਾ, ਧਿਆਨ ਦਿਓ। ਅੱਜ ਦੀ ਨਵੀਂ ਘਟਨਾ ਦੱਸਣ ਲੱਗਿਆ, ਅੱਜ ਹੀ ਇੱਕ ਮੈਨੂੰ ਇੱਥੋਂ ਭੈਣ ਦਾ ਫੋਨ ਆਇਆ ਅਤੇ ਉਹ ਮੈਨੂੰ ਭੈਣ ਮੇਰੀ ਕਹਿੰਦੀ ਕਿ ਮੈਨੂੰ ਬਾਈ ਕਿ ਤੇਰੇ ਨਾਲ ਦਾ ਮੁੰਡਾ ਮੈਨੂੰ ਫੋਨ ਕਰ ਰਿਹਾ ਅਤੇ ਮੈਨੂੰ ਉਹਦੇ ਇਰਾਦੇ ਠੀਕ ਨਹੀਂ ਲੱਗਦੇ। ਹੁਣ ਜਿਵੇਂ ਮੰਨ ਲਓ ਵੀਰ ਮੈਂ ਤੁਹਾਨੂੰ ਵਾਰ ਵਾਰ ਇਹ ਕਿਉਂ ਕਹਿਣਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਮੇਰੇ ਨਾਲ ਘਟਨਾ ਹੋਈ ਆ, ਮੰਨ ਲਓ ਇੱਥੇ ਮੇਰੇ ਨਾਲ 20-50 ਬੰਦੇ ਵੀਡੀਓ 'ਚ ਬੈਠੇ ਨੇ, ਮੇਰੇ ਨਾਲ 10 ਬੰਦੇ ਕੋਈ ਫੋਟੋ ਖਿਚਾ ਕੇ ਲੈ ਗਿਆ, ਕੋਈ ਕੋਈ ਮਤਲਬ ਕਿ ਮੇਰੇ ਨਾਲ ਰਹਿਣ ਵਾਲੇ ਬੰਦੇ ਨੇ, ਹੈ ਨਾ। ਹੁਣ ਨਾ ਤਾਂ ਇਹੋ ਜਿਹਾ ਕੰਮ ਹੈ ਕਿ ਨਾਲ ਤੁਸੀਂ ਰੱਖੋਗੇ, ਨਾਲ ਤੁਹਾਡੇ ਚੱਲਦੇ ਨੇ, ਤੁਸੀਂ ਉਹਨਾਂ ਦਾ ਸ਼ੱਕ ਵੀ ਨਹੀਂ ਕਰ ਸਕਦੇ। ਅਤੇ ਜੇ ਹੁਣ ਆਹ ਕੰਮ ਹੁੰਦਾ ਪਹਿਲਾਂ ਵੀ ਇੱਕ ਹੋ ਗਿਆ ਅਤੇ ਅੱਜ ਵੀ ਉਹ ਸੱਜਣ ਦਾ ਮੈਨੂੰ ਦੁੱਖ ਲੱਗਿਆ ਜਦੋਂ ਭੈਣ ਦਾ ਮੈਨੂੰ ਉਹਨੇ ਸੁਨੇਹਾ ਲਾਇਆ, ਉਹ ਕਹਿੰਦੀ ਵੀਰੇ ਵੀ ਮੈਨੂੰ ਵੀ ਮੈਂ ਤੇਰੇ ਤਾਂ ਧਿਆਨ 'ਚ ਲਿਆਂਦਾ ਵੀ ਤੇਰੇ ਨਾਲ ਇਹ ਪਹਿਲਾਂ ਘਟਨਾ ਹੋਈ ਆ। ਸੋ ਮੇਰਾ ਵੀਰ ਇੱਕ ਤਾਂ ਮੇਰੀ ਬੇਨਤੀ ਇਹ ਆ ਕਿ ਬੇਸ਼ੱਕ ਕੋਈ ਵੀ ਮੇਰੇ ਚਾਹੇ ਮਾਮੇ ਦਾ ਚਾਹੇ ਮਾਸੀ ਦਾ ਮੁੰਡਾ ਚਾਹੇ ਤਾਏ ਦਾ ਚਾਹੇ ਚਾਚੇ ਦਾ ਚਾਹੇ ਮੇਰੇ ਕੋਈ ਨਾ ਰਹਿਣ ਵਾਲਾ ਚਾਹੇ ਕੋਈ ਤੁਹਾਨੂੰ ਤੁਸੀਂ ਦੇਖਦੇ ਹੋ ਮੇਰੇ ਨਾਲ ਤੁਰੇ ਫਿਰਦੇ ਹੁੰਦੇ ਨੇ, ਮੇਰਾ ਵੀਰ ਕੋਈ ਐਂ ਨਾ ਭਰੋਸਾ ਭਰਾ ਸਰ ਭਰਾ ਬਣ ਕੇ ਨਾ ਕਰਿਆ ਕਰੋ। ਇੱਕ ਵਾਰੀ ਜ਼ਰੂਰ ਮੇਰੇ ਕੋਈ ਧਿਆਨ ਦੇ ਵਿੱਚ ਗੱਲ ਜੇ ਕੋਈ ਇਹੋ ਜਿਹੀ ਹੁੰਦੀ ਵੀ ਤਾਂ ਲਿਆ ਦਿਆ ਕਰੋ, ਨਹੀਂ ਪਤਾ ਲੱਗਦਾ ਯਾਰ ਇੱਥੇ ਨਾਲ ਤੁਹਾਡੇ ਤੁਰਿਆ ਜਾਂਦਾ, ਪਤਾ ਨਹੀਂ ਕੋਈ ਖੋਟਾ ਜਿਹੜਾ ਛੱਕਾ ਕਦੋਂ ਖੋਟਾ ਹੋ ਜਾਵੇ। ਤਾਂ ਮੈਂ ਮੇਰਾ ਵੀਰ ਇਹੀ ਅਤੇ ਦੂਜੀ ਬਾਹਰਲੇ ਸੱਜਣਾਂ ਨੂੰ ਬੇਨਤੀ ਆ ਕਿ ਬਾਹਰਲੇ ਹੁਣ ਕਈ ਵਾਰੀ ਹੁਣ ਮੰਨ ਲਓ ਸਾਡੇ ਕੋਲ ਹੁਣ ਆਹ 3-4 ਫੋਨ ਆ ਜਿਹੜੇ ਨਵੇਂ ਨੰਬਰ ਅਸੀਂ ਦਿੱਤੇ ਇਹਦੇ ਨਾਲ ਦੇ, ਹੁਣ ਉਹਨਾਂ ਉਹ ਫੋਨ ਵੀ ਮੇਰੇ ਨਾਲਦਿਆਂ ਕੋਲ ਹੀ ਹੁੰਦੇ ਆ ਨਾ, ਜਾਂ ਆਹ ਮੰਨ ਲਓ ਮੇਰਾ ਫੋਨ ਆ ਤਾਂ ਹੁਣ ਮੈਂ ਤਾਂ ਵਿਹਲਾ ਨਹੀਂ ਹੁੰਦਾ, ਉਹ ਨਾਲ ਦੇ ਚੱਕਦੇ ਨੇ ਮੁੰਡੇ। ਹੁਣ ਤੁਸੀਂ ਸਮਝੋ ਕਿ ਫੋਨ ਤਾਂ ਲੱਖੇ ਦਾ ਹੀ ਆ, ਲੱਖੇ ਦੇ ਕੋਈ ਜਮ੍ਹਾਂ ਕਰੀਬੀ ਹੋਣਾ, ਇਹਦੇ ਪਤਾ ਨਹੀਂ ਕਿਹੜਾ ਭਰਾਵੋ ਕਰੀਬੀ ਪਤਾ ਨਹੀਂ ਕੀ ਕਰਦੇ। ਮੈਂ ਹੁਣ ਮੇਰੇ ਨਾਲ ਸੱਜਣ ਬੈਠੇ ਆ, ਇਹ ਵੀ ਨਾ ਕਹਿ ਦੇਣ ਕਦੇ ਵੀ ਬਾਈ ਸਾਡੇ ਸ਼ੱਕ ਕਰਦਾ, ਪਰ ਉਹ ਕਹਿੰਦੇ ਹੁੰਦੇ ਆ ਕਿ ਅੱਗ ਦੀ ਡਰਾਈ ਟਟਹਿਣੇ ਤੋਂ ਵੀ ਡਰਦੀ ਹੈ, ਉਹ ਟਟਹਿਣੇ ਤੋਂ ਡਰਨ ਵਾਲੀ ਗੱਲ ਸਾਡੀ ਹੋਈ ਖੜੀ ਆ ਕਿ ਭਰਾਵੋ ਉੱਥੇ ਸਾਨੂੰ ਥੋੜ੍ਹਾ ਜਿਹਾ ਨਾ ਬੜੀ ਗੌਰ ਨਾਲ ਸੰਕੋਚ ਨਾਲ ਚੱਲਣਾ ਪੈਂਦਾ। ਤਾਂ ਮੈਨੂੰ ਲੱਗਦਾ ਇਹ 2-3 ਹਾਦਸੇ ਜੇ ਹੋ ਗਏ ਆ, ਤਾਂ ਮੇਰਾ ਵੀਰ ਕਹਿੰਦਾ ਕਿ ਬਾਹਰੋਂ ਕੋਈ ਭਰਾ ਬਣ ਕੇ ਇਸ ਤਰ੍ਹਾਂ ਦਾ ਕੋਈ ਜਿਹੜਾ ਕੋਈ ਅਸੀਂ ਐਵੇਂ ਮੇਰਾ ਫੋਨ ਹੋਵੇ, ਤੁਸੀਂ ਕਿਸੇ ਮੇਰੇ ਸੱਜਣ ਨੇ ਚੱਕਿਆ ਹੋਵੇ, ਤੁਸੀਂ ਕਹਿੰਦੇ ਬਾਈ ਹਾਂ ਤੁਹਾਡੇ ਕੋਲ ਮੇਰਾ ਨੰਬਰ ਹੈ, ਬਾਈ ਹਾਂ ਅਸੀਂ ਬਾਈ ਐਂ ਕਰਕੇ ਬਾਹਰੋਂ ਫੰਡ ਭੇਜਣਾ ਜਾਂ ਆਹ ਗੱਲਬਾਤ, ਉਹ ਕਹਿੰਦੇ ਹਾਂ ਲਿਆ ਦਿਓ ਕੋਈ ਗੱਲ ਨਹੀਂ ਦੇ ਦਿਓ, ਮੈਨੂੰ ਤਾਂ ਪਤਾ ਨਹੀਂ। ਤਾਂ ਮੈਂ ਕਹਿੰਦਾ ਤੁਹਾਡੇ ਪੈਸੇ ਦੀ ਲੋੜ ਨਹੀਂ, ਤੁਹਾਡੇ ਪਿਆਰ ਦੀ ਲੋੜ ਹੈ, ਤੁਹਾਡੇ ਸਹਿਯੋਗ ਦੀ ਲੋੜ ਹੈ, ਤੁਹਾਡੇ ਸਾਥ ਦੀ ਲੋੜ ਹੈ, ਇਹ ਲੜਾਈ ਤੁਹਾਡੇ ਸਾਥ ਨਾਲ ਜਿੱਤੀ ਜਾਣੀ ਹੈ।
बस यही मेरिया बेनतियां सी। हुण आपां वध तों वध मेरा वीर जिन्ने जिथे थोनों कोई नेड़े लग्या कितों कोई रेलवे लाइन ते बैठा है साढ़े किसान बैठे ने सलाम है सिजदा करदा सिर झुकदा मेरिया उन्हां मामा उन्हां भैणां के मैं रात लंघिया टोल दे उत्तों दी मेरिया मामा भैणां टोल दे उत्ते बैठियां ने। यह हुंदा सिड़ जो साड़ियां मामा भैणां भी निकल के लड़ाई लड़ रही ना यह असल सिड़ जंग मैनू लगदा असीं हारांगे नहीं। यह इतिहास च लिखी जाण वाली जंग आ जो साड़ियां मामा भैणां निकल के आ रही हैं तो जिहड़े साडे नौजवान हले भी घरां च बैठे ने कल्ले थले ही लिखण वाले ने गोडा बई चक दे फट्टे बई तेरे नाल आ बई ਉਹ ਨਾ ਉਹ ਉਹ ਇਕੱਲਾ ਇੱਥੇ ਨਹੀਂ ਆਪਾਂ ਫੱਟੇ ਚੱਕਣੇ ਆਪਾਂ ਫੱਟੇ ਮੇਰਾ ਵੀਰ ਬਾਹਰ ਨਿਕਲੋ। ਇੱਕ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਹੁੰਦਾ ਮੇਰਾ ਵੀਰ ਥੱਲੇ ਜੋ ਵੀ ਲਿਖਣਾ ਪੰਜਾਬੀ 'ਚ ਲਿਖੋ। ਨਾਲ ਸਾਡੀ ਲੜਾਈ ਇਕੱਲੇ ਕਿਸਾਨੀ ਵਾਲੀ ਨਹੀਂ ਹੈਗੀ ਸਾਡੀ ਜ਼ਬਾਨ ਵਾਲੀ ਸਾਡੇ ਪਾਣੀਆਂ ਵਾਲੀ ਸਾਡੀ ਵਿਰਾਸਤ ਵਾਲੀ ਲੜਾਈ ਬੜੀ ਵੱਡੀ ਆ। ਅਸੀਂ ਹੌਲੀ ਹੌਲੀ ਕਦਮ ਦਰ ਕਦਮ ਇਹਨੂੰ ਜਿੱਤਣਾ ਕਦਮ ਦਰ ਕਦਮ ਲੋਕਾਂ ਨੂੰ ਜਗਾਉਣਾ ਇਹ ਸਮਝਾਉਣ ਦੇ ਵਿੱਚ ਅਸੀਂ ਕੁਛ ਹੱਦ ਤੱਕ ਤਾਂ ਕਾਮਯਾਬ ਹੋਏ ਹਾਂ ਕਿ ਲੜਾਈ ਸਾਡੀ ਹੋਂਦ ਦੀ ਆ। ਅਤੇ ਮੇਰਾ ਵੀਰ ਕੋਈ ਵੀ ਅਸਲ ਟਿੱਪਣੀ ਹੈ ਨਾਈਸ ਗੁੱਡ ਲਵ ਯੂ ਇਹ ਇਹ ਭਰਾ ਬਣ ਕੇ ਮੇਰਾ ਵੀਰ ਪੰਜਾਬੀ 'ਚ ਕਰੋ। ਤੁਹਾਨੂੰ ਬੜੇ ਵਾਰ ਮੈਂ ਬੇਨਤੀ ਕਰਦਾ ਆਪਣੇ ਵਟਸਐਪ ਦੇ ਜਿਹੜੇ ਨਾਂ ਨੇ ਉਹ ਪੰਜਾਬੀ 'ਚ ਕਰੋ ਆ ਫੇਸਬੁੱਕਾਂ ਦੇ ਜਿਹੜੇ ਤੁਹਾਡੇ ਹੈਗੇ ਆਹ ਨਾਂ ਇਹ ਵੀ ਪੰਜਾਬੀ 'ਚ ਲਿਖੋ ਟਿੱਪਣੀ ਕਰਨੀ ਆ ਪੰਜਾਬੀ 'ਚ ਲਿਖੋ ਦਸਖਤ ਕਰਨੇ ਆ ਪੰਜਾਬੀ 'ਚ ਕਰੋ ਦੋ ਭਰਾ ਗੱਲਾਂ ਕਰਦੇ ਆ ਪੰਜਾਬੀ 'ਚ ਕਰੋ ਕਿਸੇ ਦੁਕਾਨਦਾਰ ਆਪਣੀ ਆਦਤ ਪਤਾ ਕੀ ਹੈ ਮੈਂ ਬਹੁਤ ਬੰਦਿਆਂ ਨੂੰ ਟੋਕਿਆ ਚਾਰ ਪੰਜ ਦਿਨ ਉਹ ਢਾਬੇ 'ਤੇ ਹੀ ਰੋਟੀ ਖਾਣ ਬਹਿ ਗਏ ਅਤੇ ਇੱਕ ਆਪਣੇ ਬੰਦੇ ਪੰਜਾਬੀ ਦਾ ਢਾਬਾ ਸੀ ਉਹਨਾਂ ਬੰਦਿਆਂ ਨਾਲ ਹਿੰਦੀ 'ਚ ਬੋਲੀ ਜਾਵੇ ਉਹਦੇ ਕੋਲ ਤਿੰਨ ਚਾਰ ਬਾਹਰਲੇ ਬਹਿਰੀ ਬੰਦੇ ਸੀਗੇ ਮੈਂ ਯਾਰ ਤੂੰ ਹਿੰਦੀ 'ਚ ਕਿਉਂ ਬੋਲ ਰਹਿਣਾ ਪੰਜਾਬੀ ਬੋਲਣ ਨੂੰ ਸਮਝਣ ਕਿ ਇਹਨਾਂ ਦੀ ਮਜਬੂਰੀ ਹੈ ਇਹਨਾਂ ਨੇ ਤੇਰੇ ਕੋਲ ਨੌਕਰੀ ਕਰਨੀ ਹੈ ਤਾਂ ਤੂੰ ਰੁਜ਼ਗਾਰ ਲੈਣਾ ਤੇ ਤਨਖਾਹ ਲੈਣੀ ਹੈ ਆਪੇ ਸਿੱਖਣਗੇ ਆਪਣੇ ਆਦਤਾਂ ਲੋਕਾਂ ਨੂੰ ਕਿ ਜੇ ਕੋਈ ਬੁਰਾ ਬੰਦਾ ਹਿੰਦੀ ਬੋਲੋ ਉਹਨੂੰ ਹਿੰਦੀ ਰੱਖ ਜਾਂਗੇ ਨਹੀਂ ਉਹਨੂੰ ਪੰਜਾਬੀ 'ਚ ਬੋਲੋ ਆਪਣੀ ਥੋੜ੍ਹੀ ਮਜਬੂਰੀ ਆਪਾਂ ਪੰਜਾਬ 'ਚ ਹਾਂ ਯਾਰ ਆਪਾਂ ਕਹਿੰਦੇ ਬਿਹਾਰ 'ਚ ਫਿਰਦੇ ਹਾਂ ਬਿਹਾਰ 'ਚ ਹੋ ਕੇ ਫਿਰ ਠੀਕ ਹੈ ਹਿੰਦੀ ਬੋਲ ਲਾਂਗੇ ਅਤੇ ਗੱਲਾਂ ਦਾ ਖਿਆਲ ਰੱਖਿਓ ਜਿਉਂਦੇ ਰਹੋ ਵੱਸਦੇ ਰਹੋ ਹੱਸਦੇ ਰਹੋ ਹਮੇਸ਼ਾ ਪੰਜਾਬ ਇਸ ਤਰ੍ਹਾਂ ਆਬਾਦ ਰਹੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।